ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਆਗੂਆਂ ਦਾ ਪਾਰਟੀ ਤੇ ਕੋਈ ਪ੍ਰਭਾਵ ਨਹੀਂ। ਮਹੇਸ਼ਿੰਦਰ ਸਿੰਘ ਗਰੇਵਾਲ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਟਕਸਾਲੀ ਨੇਤਾਵਾਂ ਸੇਵਾ ਸਿੰਘ ਸੇਖਵਾ, ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੇ ਸੀਨੀਅਰ ਅਕਾਲੀ ਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਇਨ੍ਹਾਂ ਆਗੂਆਂ ਦਾ ਪਾਰਟੀ ਤੇ ਕੋਈ ਪ੍ਰਭਾਵ ਨਹੀਂ ਹੈ। ਪਾਰਟੀ ਨਹੀਂ ਬਣਾਈ ਅੱਜ ਜਿਹੜਾ ਇਹ ਤਿੱਕੜੀ ਨੇ ਐਲਾਨ ਕੀਤਾ, ਸੇਖਵਾ ਸਾਹਿਬ, ਬ੍ਰਹਮਪੁਰਾ ਸਾਹਿਬ ਅਤੇ ਅਜਨਾਲਾ ਸਾਹਿਬ ਨੇ ਕਿ 14 ਦਸੰਬਰ ਨੂੰ ਪਾਰਟੀ ਬਣਾਉਣੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖਾਸਤ ਕੀਤੇ ਹੋਏ ਲੋਕ ਨੇ, ਇਹਨਾਂ ਦਾ ਹੱਕ ਆ ਰਾਜਨੀਤੀ ਦੀ ਆਪਣੀ ਜੋ ਵੀ ਮਰਜ਼ੀ ਗੇਮ ਬਣਾਉਣ। ਪਰ ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣੀ ਚਾਹੁੰਦਾ ਕਿ ਜਿਹੜੀ ਅੱਜ ਉਹਨਾਂ ਨੇ ਟੈਲੀਵਿਜ਼ਨ 'ਤੇ ਜੋ ਮੈਂ ਸੁਣਿਆ ਕਿ ਉਹ ਕਹਿੰਦੇ ਜੀ ਪਾਰਟੀ 'ਚ ਪਰਿਵਾਰਵਾਦ ਹੋ ਗਿਆ, ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਹੈ ਕਿ ਪਰਿਵਾਰਵਾਦ ਇਹ ਆਪ ਇਸ ਗੱਲ ਤੋਂ ਬਚਦੇ ਨੇ? ਇਹ ਦੂਜੇ ਨੂੰ ਤਾਂ ਕਹਿਣ ਜੇ ਆਪ ਨਾ ਹੋਣ। ਬ੍ਰਹਮਪੁਰਾ ਸਾਹਿਬ ਦਾ ਸਾਰਾ ਟੱਬਰ, ਸੇਖਵਾ ਸਾਹਿਬ ਨੇ ਆਪਣਾ ਸਪੁੱਤਰ ਮਾਰਕੀਟ ਕਮੇਟੀ ਦਾ ਚੇਅਰਮੈਨ, ਅਜਨਾਲਾ ਸਾਹਿਬ ਆਪ MP ਸੀਗੇ, ਮੁੰਡਾ MLA ਸੀਗਾ, ਚੀਫ ਪਾਰਲੀਮੈਂਟਰੀ ਸੈਕਟਰੀ ਸੀਗਾ, ਸਾਰਿਆਂ ਦੇ ਸਾਰੇ ਟੱਬਰ ਔਨ ਜੋਬ ਸੀਗੇ। ਅਤੇ ਫਿਰ ਇਹ ਕਹਿੰਦੇ ਦੂਜਿਆਂ ਨੂੰ, ਮੈਨੂੰ ਤਾਂ ਹੈਰਾਨੀ ਦੀ ਗੱਲ ਇਸ 'ਚ ਆਉਂਦੀ ਆ। ਮੈਂ ਸੇਖਵਾ ਸਾਹਿਬ ਦਾ ਬਿਆਨ ਸੁਣਿਆ ਕਿ ਜੀ ਇਹ ਮੈਚ ਖੇਡਦੇ ਆ ਰਲ ਕੇ ਕੈਪਟਨ ਅਮਰਿੰਦਰ ਸਿੰਘ ਨਾਲ। ਇਹਨਾਂ ਨੂੰ ਦੱਸੋ ਕਿ ਜੇ ਕੈਪਟਨ ਅਮਰਿੰਦਰ ਸਿੰਘ ਨਾਲ ਮੈਚ ਰਲ ਕੇ ਸੀ ਤਾਂ ਉਹਨਾਂ ਨੇ ਬਾਲ ਸਾਹਿਬ ਨੂੰ ਉਦੋਂ ਮੁਕੱਦਮਾ ਬਣਾ ਕੇ ਝੂਠਾ ਅੰਦਰ ਕਿਉਂ ਦਿੱਤਾ? ਗੱਲ ਤਾਂ ਇਹ ਹੈ ਕਿ ਦੇਖੋ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 46 ਤੋਂ ਲੈ ਕੇ 57 ਸੀਟਾਂ ਜਿੱਤੀਆਂ, ਪਰ ਬ੍ਰਹਮਪੁਰਾ ਸਾਹਿਬ ਵੀ ਹਾਰ ਗਏ, ਸੇਖਵਾ ਸਾਹਿਬ ਵੀ ਹਾਰ ਗਏ। ਸੇਖਵਾ ਸਾਹਿਬ 2017 'ਚ ਵੀ ਹਾਰ ਗਏ, ਬ੍ਰਹਮਪੁਰਾ ਸਾਹਿਬ ਦਾ ਬੇਟਾ ਵੀ 2017 'ਚ ਹਾਰ ਗਿਆ। ਮੈਂ ਇੱਕ ਗੱਲ ਇਹਨਾਂ ਨੂੰ ਸਿਰ ਪੁੱਛਦਾ ਕਿ ਸੇਖਵਾ ਸਾਹਿਬ ਨੇ 5 ਚੋਣਾਂ ਲੜੀਆਂ ਨੇ, ਉਹਨਾਂ 'ਚੋਂ 4 ਹਾਰੀਆਂ ਨੇ। ਇੱਕ ਚੋਣ 97 ਵਾਲੀ ਜਿੱਤੇ ਸੀ, ਦੂਜੀ ਤਾਂ ਉਹ 22 ਇਲੈਕਸ਼ਨ ਜਿੱਤੇ ਸੀ ਜਦ ਸਾਰਾ ਜ਼ੋਰ ਲਾ ਕੇ ਪਾਰਟੀ ਨੇ ਬਾਲ ਸਾਹਿਬ ਨੇ ਕਾਦੀਆਂ 'ਚ ਬੈਠ ਕੇ ਜਿਤਾਇਆ, ਫਿਰ ਮਿਨਿਸਟਰ ਬਣਾਇਆ, ਫਿਰ ਜਦ ਹੁਣ ਹਾਰੇ ਸੀ 2020 'ਚ ਇਹਨਾਂ ਨੂੰ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਕੈਬਨਿਟ ਰੈਂਕ ਦਾ ਸਟੇਟਸ ਦਿੱਤਾ, ਅਤੇ ਤਿਰੰਗਾ ਝੰਡਾ ਲਾ ਕੇ ਜਿਹਨੂੰ ਲਾਉਣ ਦੇ ਟਾਈਟਲ ਵੀ ਨਹੀਂ ਸੀ, ਇਹ ਫਿਰਦੇ ਰਹੇ। ਪਾਵਰ ਦੇ ਹੰਗਰੀ ਨੇ, ਇਹ ਕਿਸੇ ਨੂੰ ਤਾਂ ਕਹਿਣ ਜੇ ਇਹਨਾਂ ਨੇ ਆਪ ਕੁਛ ਨਾ ਕੀਤਾ ਹੋਵੇ। ਦੂਸਰੀ ਗੱਲ ਮੈਂ ਇਹਨਾਂ ਨੂੰ ਕਹਿ ਦੇਣੀ ਚਾਹੁੰਦਾ ਸਪਸ਼ਟ ਤੌਰ 'ਤੇ ਕਿ ਸਰਦਾਰ ਸਾਹਿਬ ਤੁਹਾਡੇ ਸੀ ਛੁੱਟੀ ਆ, ਜਿਹੜਾ ਮਰਜ਼ੀ ਅਕਾਲੀ ਦਲ ਬਣਾਓ, ਲੋਕਾਂ ਦੀ ਕਚਹਿਰੀ 'ਚ ਤੁਸੀਂ ਆਲਰੇਡੀ ਬਾਜ਼ੀ ਹਾਰ ਚੁੱਕੇ ਹੋ। ਜਿਹੜੇ ਘਰ ਛੱਡ ਕੇ ਜਾਂਦੇ ਨੇ ਉਹਨਾਂ ਨੂੰ ਦੂਸਰੇ ਕਦੇ ਜੱਫੀਆਂ ਨਹੀਂ ਪਾਉਂਦੇ। ਹੁਣ ਜੇ ਤੁਸੀਂ 10 ਬੰਦੇ ਜਿਹੜੇ ਬੰਦੇ ਲੋਕਾਂ ਵਿੱਚ ਆਪਣਾ ਆਧਾਰ ਗੁਆ ਬੈਠੇ ਨੇ ਇਕੱਠੇ ਕਰਕੇ ਕਿਸੇ ਪਾਰਟੀ ਨੂੰ ਥ੍ਰੈਟ ਦੇ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ, ਅਕਾਲੀ ਦਲ ਦਾ ਇਹਨਾਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਹੈ। ਰਾਜਨੀਤੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਨੇ, ਆਉਂਦੇ ਰਹਿੰਦੇ ਨੇ, ਆਉਂਦੇ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਜਦ 1969 'ਚ ਸਰਕਾਰ ਬਣੀ ਆ, ਕੁੱਲ 104 'ਚੋਂ 24 ਸੀਟਾਂ ਜਿੱਤੀਆਂ ਸੀ। ਕੁੱਲ ਸ਼੍ਰੋਮਣੀ ਅਕਾਲੀ ਦਲ ਨੇ ਜਦ 1997 'ਚ 94 ਸੀਟਾਂ ਜਿੱਤੀਆਂ ਸੀ, ਉਦੋਂ ਕਾਂਗਰਸ ਕੋਲ ਕੁੱਲ 13 ਸੀ ਪੰਜਾਬ ਅਸੈਂਬਲੀ ਵਿੱਚ। ਅਤੇ ਨਾ ਕਾਂਗਰਸ ਖਤਮ ਹੋਈ ਆ, ਨਾ ਸ਼੍ਰੋਮਣੀ ਅਕਾਲੀ ਦਲ ਖਤਮ ਹੋਣਾ। ਇਹ ਰਾਜਨੀਤਿਕ ਪਾਰਟੀਆਂ ਨੇ, ਹਮੇਸ਼ਾ ਜੀਵਿਤ ਰਹਿਣਗੀਆਂ। ਉਤਰਾਅ ਚੜ੍ਹਾਅ ਇੱਕ ਜੀਵਨ ਦਾ ਹਿੱਸਾ ਹੈਗਾ। ਜੇ ਸਮਝਦੇ ਆ ਕਿ ਇਸ ਵਾਰੀ ਸੀਟਾਂ ਘੱਟ ਹੈਗੀਆਂ ਤਾਂ ਸ਼ਾਇਦ ਬ੍ਰਹਮਪੁਰਾ ਸਾਹਿਬ ਅਤੇ ਸੇਖਵਾ ਸਾਹਿਬ ਲੀਡਰ ਬਣ ਜਾਣਗੇ, ਮੱਤ ਇਸ ਭੁਲੇਖੇ 'ਚ ਰਹਿਣ। ਮੈਂ ਤਾਂ ਹੁਣ ਕਹਿੰਦਾ ਸੇਖਵਾ ਸਾਹਿਬ ਦੇ ਇਲਾਕੇ ਦੇ ਜਿੰਨੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਨੇ, ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਮੰਨਦੇ ਨੇ। ਜਿਹੜੇ ਬ੍ਰਹਮਪੁਰਾ ਸਾਹਿਬ ਦੇ ਨੇ ਮੈਂਬਰ ਹਲਕੇ ਦੇ, ਉਹ ਸਾਰੇ ਮੰਨਦੇ ਨੇ। ਅਤੇ ਇਹ ਹੁਣ ਕਿਹੜੇ ਭੁਲੇਖੇ 'ਚ ਫਿਰਦੇ ਨੇ? ਅਸਲ 'ਚ ਰਾਜਨੀਤੀ ਇਹਨਾਂ ਦੀ ਇਹ ਸੀਗੀ, ਬ੍ਰਹਮਪੁਰਾ ਸਾਹਿਬ ਨੂੰ ਤਾਂ ਬੜੀ ਵੱਡੀ ਪੀੜਾ ਹੋਈ ਜਦ ਤਰਨ ਤਾਰਨ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਵਿਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਨੇ ਬਣਾ ਦਿੱਤਾ। ਇਹ ਕਹਿੰਦੇ ਕਿ ਮੈਨੂੰ ਪੁੱਛੇ ਉਹਨਾਂ ਪ੍ਰਧਾਨ ਕਿਵੇਂ ਬਣ ਜਾਵੇ, ਇਹਨਾਂ ਨੂੰ ਇਸ ਗੱਲ ਦਾ ਦਰਦ ਹੋ ਗਿਆ। ਸਰਦਾਰ ਰਤਨ ਸਿੰਘ ਅਜਨਾਲਾ ਦੀ ਟਿਕਟ ਖੋ ਕੇ ਸ਼੍ਰੋਮਣੀ ਅਕਾਲੀ ਦਲ ਨੇ 2014 'ਚ ਇਹਨਾਂ ਨੂੰ ਪਾਰਲੀਮੈਂਟ ਦਿੱਤੀ। ਅਤੇ ਜੇ ਇਹਨਾਂ ਦਾ ਰਤਨ ਸਿੰਘ ਅਜਨਾਲਾ ਨਾਲ ਇੰਨਾ ਹੀ ਪ੍ਰੇਮ ਸੀਗਾ ਤਾਂ ਇਹਨਾਂ ਨੇ ਉਦੋਂ ਉਹਦੀ ਟਿਕਟ ਕਿਉਂ ਲਈ? ਇਹ ਕਹਿ ਦਿੰਦੇ ਵੀ ਉਹ ਟਕਸਾਲੀ ਅਕਾਲੀ ਆ, ਮੈਂ ਨਹੀਂ ਉਹਦੀ ਟਿਕਟ ਲੈਣੀ। ਉਦੋਂ ਬਾਦਲ ਸਾਹਿਬ ਕੋਲ ਜਾ ਕੇ ਉਹਨਾਂ ਨੇ ਕਿਹਾ ਕਿ ਅਜਨਾਲੇ ਨੇ ਜਿੱਤਣਾ ਹੀ ਨਹੀਂ, ਮੈਨੂੰ ਟਿਕਟ ਦਿਓ। ਅਤੇ ਬਾਦਲ ਸਾਹਿਬ ਨੇ ਰਾਮਪੁਰਾ ਸਾਹਿਬ ਨੂੰ ਟਿਕਟ ਦਿੱਤੀ।